ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜ਼ਿੰਦਗੀ ਦੇ ਆਖਰੀ ਦਿਨ ਕੀ ਕੀ ਹੋਇਆ ਉਸ ਦਾ ਪੂਰਾ ਵੇਰਵਾ ਬੀਬੀਸੀ ਪੱਤਰਕਾਰ ਰਿਹਾਨ ਫਜ਼ਲ ਦੀ ਇਸ ਰਿਪੋਰਟ ਵਿੱਚ ਹੈ ਆਵਾਜ਼ ਇੰਦਰਜੀਤ ਗੌਰ 31 ਅਕਤੂਬਰ ਨੂੰ ਸਵੇਰੇ 7:30 ਵਜੇ ਇੰਦਰਾ ਗਾਂਧੀ ਤਿਆਰ ਹੋ ਚੁੱਕੇ ਸਨ ਉਹਨਾਂ ਨੇ ਕੇਸਰੀਆ ਰੰਗ ਦੀ ਸਾੜੀ ਪਾਈ ਹੋਈ ਸੀ ਇਸ ਦਿਨ ਉਹਨਾਂ ਦੀ ਪਹਿਲੀ ਮੁਲਾਕਾਤ ਪੀਟਰ ਉਸਤੀ ਨੋਵ ਦੇ ਨਾਲ ਤੈਅ ਸੀ ਜੋ ਇੰਦਰਾ ਗਾਂਧੀ ਤੇ ਇੱਕ ਦਸਤਾਵੇਜੀ ਫਿਲਮ ਬਣਾ ਰਹੇ ਸਨ। ਉਹ ਇੱਕ ਦਿਨ ਪਹਿਲਾਂ ਓਡੀਸ਼ਾ ਦੌਰੇ ਦੌਰਾਨ ਵੀ ਉਹਨਾਂ ਨੂੰ ਸ਼ੂਟ ਕਰ ਰਹੇ ਸੀ। ਦੁਪਹਿਰ ਵੇਲੇ ਉਹਨਾਂ ਨੇ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੇਲੇਗਨ ਅਤੇ ਮਿਜ਼ੋਰਮ ਦੇ ਇੱਕ ਆਗੂ ਨਾਲ ਮਿਲਣਾ ਸੀ। ਸ਼ਾਮ ਨੂੰ ਉਹਨਾਂ ਨੇ ਯੂਕੇ ਦੀ ਰਾਜਕੁਮਾਰੀ ਐਨ ਨੂੰ ਖਾਣੇ ਤੇ ਸੱਦਿਆ ਸੀ। ਉਸ ਦਿਨ ਨਾਸ਼ਤੇ ਵਿੱਚ ਉਹਨਾਂ ਨੇ ਦੋ ਟੋਸਟ, ਸੰਤਰੇ ਦਾ ਜੂਸ ਅਤੇ ਅੰਡੇ ਖਾਦੇ। ਨਾਸ਼ਤੇ ਤੋਂ ਬਾਅਦ ਜਦੋਂ ਮੇਕਅਪ ਮੈਨ ਉਹਨਾਂ ਦੇ ਚਿਹਰੇ ਤੇ ਪਾਊਡਰ ਅਤੇ ਬਲਸ਼ਰ ਲਗਾ ਰਿਹਾ ਸੀ ਤਾਂ ਉਹਨਾਂ ਦੇ ਡਾਕਟਰ ਕੇਪੀ ਮਾਥੁਰ ਉੱਥੇ ਪਹੁੰਚ ਗਏ ਉਹ ਰੋਜ਼ ਇਸੇ ਸਮੇਂ ਉਹਨਾਂ ਨੂੰ ਦੇਖਣ ਆਉਂਦੇ ਸੀ ਉਹਨਾਂ ਨੇ ਡਾਕਟਰ ਮਾਥੁਰ ਨੂੰ ਵੀ ਅੰਦਰ ਬੁਲਾ ਲਿਆ ਅਤੇ ਦੋਵੇਂ ਗੱਲਾਂ ਕਰਨ ਲੱਗੇ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਰੋਨਲਡ ਰੀਗਨ ਦੇ ਲੋੜ ਤੋਂ ਬਾਅਦ ਮੇਕਅਪ ਕਰਨ ਅਤੇ ਉਹਨਾਂ ਦੇ 80 ਸਾਲ ਦੀ ਉਮਰ ਵਿੱਚ ਵੀ ਕਾਲੇ ਵਾਲ ਹੋਣ ਬਾਰੇ ਮਜ਼ਾਕ ਵੀ ਕੀਤਾ 9 ਵਜੇ ਦੇ 10 ਮਿੰਟ ਤੇ ਜਦੋਂ ਇੰਦਰਾ ਗਾਂਧੀ ਬਾਹਰ ਆਏ ਤਾਂ ਤੁੱਪ ਖੜੀ ਹੋਈ ਸੀ। ਉਹਨਾਂ ਨੂੰ ਤੁੱਪ ਤੋਂ ਬਚਾਉਣ ਲਈ ਸਿਪਾਹੀ ਨਰਾਇਣ ਸਿੰਘ ਕਾਲੀਛਤਰੀ ਲੈ ਕੇ ਉਹਨਾਂ ਦੇ ਨਾਲ ਚੱਲ ਰਹੇ ਸੀ। ਉਹਨਾਂ ਤੋਂ ਕੁਝ ਕਦਮ ਪਿੱਛੇ ਸਨ ਆਰਕੇ ਤਵਨ। ਉਹਨਾਂ ਦੇ ਵੀ ਪਿੱਛੇ ਸਨ ਇੰਦਰਾ ਦੇ ਨਿੱਜੀ ਸੇਵਕ 나ਥੂ ਰਾਮ। ਸਭ ਤੋਂ ਪਿੱਛੇ ਸਨ ਉਹਨਾਂ ਦੇ ਨਿੱਜੀ ਸੁਰੱਖਿਆ ਅਫਸਰ ਸਬ ਇੰਸਪੈਕਟਰ ਰਾਮੇਸ਼ਵਰ ਦਿਆਲ। ਇਸ ਵਿਚਾਲੇ ਇੱਕ ਮੁਲਾਜ਼ਮ ਪਾਂਡੇ ਲੈ ਕੇ ਸਾਹਮਣੇ ਉਲੰਘ ਗਿਆ ਜਿਨ੍ਹਾਂ ਚ ਉਸਦੀ ਨੋਵ ਨੂੰ ਚਾਹ ਸਰਵ ਕੀਤੀ ਜਾਣੀ ਸੀ। ਇੰਦਰਾ ਨੇ ਉਸ ਨੂੰ ਬੁਲਾ ਕੇ ਕਿਹਾ ਉਸਦੀ ਨੋਵ ਦੇ ਲਈ ਦੂਜਾ ਟੀ ਸੈੱਟ ਕਢੋ। ਜਦ ਜੰਗ ਰੋਡ ਨਾਲ ਜੋੜਨ ਵਾਲੇ ਗੇਟ ਤੇ ਪਹੁੰਚੇ ਤਾਂ ਉਹ ਤਵਨ ਨਾਲ ਗੱਲ ਕਰ ਰਹੇ ਸਨ ਤਵਨ ਉਹਨਾਂ ਨੂੰ ਦੱਸ ਰਹੇ ਸੀ ਕਿ ਉਹਨਾਂ ਦੇ ਹੁਕਮਾ ਮੁਤਾਬਕ ਯਮਨ ਦੇ ਦੌਰੇ ਤੇ ਗਏ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸੰਦੇਸ਼ ਭੇਜ ਦਿੱਤਾ ਹੈ ਕਿ ਉਹ 7 ਵਜੇ ਤੱਕ ਦਿੱਲੀ ਲੈਂਡ ਕਰ ਜਾਣ ਉਹਨਾਂ ਨੂੰ ਪਾਲਮ ਹਵਾਈ ਅੱਡੇ ਤੇ ਰਿਸੀਵ ਕਰਨ ਤੋਂ ਬਾਅਦ ਇੰਦਰਾ ਨੇ ਯੂਕੇ ਦੀ ਰਾਜਕੁਮਾਰੀ ਐਨ ਨੂੰ ਦਿੱਤੀ ਜਾਣ ਵਾਲੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਸੀ ਅਚਾਨਕ ਉਥੇ ਤਾਇਨਾਤ ਸੁਰੱਖਿਆ ਅਫਸਰ ਬਯੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ ਤੇ ਫਾਇਰ ਕੀਤਾ ਗੋਲੀ ਇੰਦਰਾ ਦੇ ਢਿੱਡ ਵਿੱਚ ਲੱਗੀ ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸਜਾਹਤ ਝੁਕਿਆ ਪਰ ਉਸੇ ਵੇਲੇ ਬਯੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਂਜ ਤੋਂ 2 ਫਾਇਰ ਕੀਤੇ ਇੱਕ ਗੋਲੀਆਂ ਉਹਨਾਂ ਦੇ ਸੀਨੇ ਅਤੇ ਕਮਰ ਵਿੱਚ ਲੱਗੀਆਂ ਉਥੇ 5 ਫੁੱਟ ਦੀ ਦੂਰੀ ਤੇ ਸਤਵੰਦ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜਾ ਸੀ ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਕੇ ਉਹ ਦਹਿਸ਼ਤ ਵਿੱਚ ਆ ਗਿਆ اپنی ਥਾਂ ਤੋਹਲਿਆ ਤੱਕ ਨਹੀਂ ਬਯੰਤ ਨੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ ਗੋਲੀ ਚਲਾਓ ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ਤੇ ਚਲਾ ਦਿੱਤੀਆਂ ਬਯੰਤ ਦਾ ਪਹਿਲਾ ਫਾਇਰ ਹੋਏ 25 ਸੈਕਿੰਡ ਬੀਤ ਚੁੱਕੇ ਸਨ ਅਤੇ ਹੋਰ ਮੁਲਾਜ਼ਮਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ ਹੁਣ ਸਤਵੰਤ ਫਾਇਰ ਕਰ ਰਿਹਾ ਸੀ ਰਾਮੇਸ਼ਵਰ ਦਿਯਾਲ ਨੇ ਅੱਗੇ ਦੌੜਨਾ ਸ਼ੁਰੂ ਕੀਤਾ ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਵੱਲੋਂ ਚਲਾਈਆਂ ਗੋਲੀਆਂ ਉਹਨਾਂ ਦੇ ਪੱਟ ਅਤੇ ਪੈਰ ਵਿੱਚ ਲੱਗੀਆਂ ਅਤੇ ਉਹ ਉੱਥੇ ਹੀ ਟੇਰ ਹੋ ਗਏ ਇੰਦਰਾ ਗਾਂਧੀ ਨਾਲ ਕੰਮ ਕਰਦੇ ਲੋਕਾਂ ਨੇ ਉਹਨਾਂ ਦੇ ਜ਼ਖਮੀ ਸਰੀ ਇੱਕ ਦੂਜੇ ਨੂੰ ਹੁਕਮ ਦੇਣ ਲੱਗੇ। ਇੱਕ ਅਕਬਰ ਰੋਡ ਤੋਂ ਇੱਕ ਪੁਲਿਸ ਅਫਸਰ ਦਿਨੇਸ਼ ਕੁਮਾਰ ਪਾਟੇ ਦੇਖਣ ਲਈ ਬਾਹਰ ਆਏ ਕਿ ਸ਼ੋਰ ਕਿਵੇਂ ਪੈ ਰਿਹਾ ਹੈ। ਉਸ ਸਮੇਂ ਬਿਆਨ ਤੇ ਸਤਵੰਤ ਨੇ ਆਪਣੇ ਹਥਿਆਰ ਸੁੱਟ ਦਿੱਤੇ। ਬਿਆਨ ਨੇ ਕਿਹਾ ਅਸੀਂ ਜੋ ਕਰਨਾ ਸੀ ਅਸੀਂ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਕਰੋ। ਉਸੇ ਵੇਲੇ ਨਾਰਾਇਣ ਸਿੰਘ ਨੇ ਬਿਆਨ ਨੂੰ ਜ਼ਮੀਨ ਤੇ ਸੁੱਟ ਲਿਆ। ਨੇੜੇ ਗਰਾਊਂਡ ਰੂਮ ਤੋਂ ਆਈਟੀਬੀਪੀ ਦੇ ਜਵਾਨ ਦੌੜਦੇ ਹੋਏ ਆਏ ਅਤੇ ਉਹਨਾਂ ਨੇ ਸਤਵੰਤ ਨੂੰ ਵੀ ਕੇਰੇ ਵਿੱਚ ਲੈ ਲਿਆ। ਉਥੇ ਹਰ ਸਮੇਂ ਐਂਬੂਲੈਂਸ ਖੜੀ ਰਹਿੰਦੀ ਸੀ ਪਰ ਉਸ ਦਿਨ ਉਸ ਦਾ ਡਰਾਈਵਰ ਨਧਾਰਤ ਸੀ ਐਨੀ ਦੇਰ ਵਿੱਚ ਇੰਦਰਾ ਦੇ ਸਿਆਸੀ ਸਲਾਹਕਾਰ ਮਖਰ ਲਾਲ ਫੌਤੇਦਾਰ ਨੇ ਚੀਕ ਕੇ ਕਾਰ ਕਰਦਨ ਨੂੰ ਕਿਹਾ ਇੰਦਰਾ ਗਾਂਧੀ ਨੂੰ ਜ਼ਮੀਨ ਤਾਰ ਕੇ ਤਵਨ ਤੇ ਸੁਰੱਖਿਆ ਮੁਲਾਜ਼ਮ ਦਿਨੇਸ਼ ਪਟਨੇ ਚੋਕ ਕੇ ਚਿੱਟੀ ਐਂਬੈਸਡਰ ਕਾਰ ਦੀ ਪਿਛਲੀ ਸੀਟ ਤੇ ਰੱਖਿਆ ਅੱਗੇ ਦੀ ਸੀਟ ਤੇ ਤਵਨ ਫੌਤੇਦਾਰ ਅਤੇ ਡਰਾਈਵਰ ਬੈਠੇ ਜਿਵੇਂ ਹੀ ਕਾਰ ਚੱਲਣ ਲੱਗੀ ਸੋਨੀਆ ਗਾਂਧੀ ਨੰਗੇ ਪੈਰੀ ਆਪਣੀ ਡ्रेसਿੰਗ ਗਾਉਂ ਦੇ ਵਿੱਚ ਮੰਮੀ ਮੰਮੀ ਬੋਲਦਿਆਂ ਭੱਜਦੇ ਹੋਏ ਆਏ ਇੰਦਰਾ ਦੀ ਹਾਲਤ ਦੇਖ ਕੇ ਉਹ ਉਸੇ ਹਾਲ ਵਿੱਚ ਕਾਰ ਦੀ ਪਿੱਛੇ ਵਾਲੀ ਸੀਟ ਤੇ ਬੈਠ ਗਏ ਉਹਨਾਂ ਨੇ ਖੂਨ ਨਾਲ ਲਤਪਾ ਤਿੰਦਰਾ ਗਾਂਧੀ ਦਾ ਸਿਰ ਆਪਣੀ ਗੋਦ ਵਿੱਚ ਲੈ ਲਿਆ ਕਾਰ ਬਹੁਤ ਤੇਜ਼ੀ ਨਾਲ ਏਮਸ ਹਸਪਤਾਲ ਵੱਲ ਵਧੀ 4 ਕਿਲੋਮੀਟਰ ਦੇ ਸਫ਼ਰ ਦੌਰਾਨ ਕੋਈ ਕੁਝ ਨਹੀਂ ਬੋਲਿਆ ਸੋਨੀਆ ਦਾ ਗਾਉਂ ਇੰਦਰਾ ਦੇ ਖੂਨ ਨਾਲ ਭੇਜ ਚੁੱਕਿਆ ਸੀ ਕਾਰ 9 ਵਜੇ 32 ਮਿੰਟ ਤੇ ਏਮਸ ਪਹੁੰਚੀ ਉਹ ਤੇ ਇੰਦਰਾ ਦੇ ਬਲੱਡ ਗਰੁੱਪ ਓ ਆਰ ਐਚ ਨੈਗੇਟਿਵ ਦਾ ਕਾਫੀ ਸਟਾਕ ਸੀ ਪਰ ਘਰੋਂ ਕਿਸੇ ਨੇ ਵੀ ایمਸ ਫੋਨ ਕਰਕੇ ਨਹੀਂ ਦੱਸਿਆ ਸੀ ਕਿਂਦਰਾ ਨੂੰ ਗੰਭੀਰ ਹਾਲਤ ਵਿੱਚ ਔਥੇ ਲਿਆਇਆ ਜਾ ਰਿਹਾ ਹੈ। ਐਮਰਜੈਂਸੀ ਵਾਰਡ ਦਾ ਗੇਟ ਖੋਲਣ ਅਤੇ ਇੰਦਰਾ ਨੂੰ ਕਾਰ ਤੋਂ ਉਤਾਰਨ ਵਿੱਚ 3 ਮਿੰਟ ਲੱਗ ਗਏ। ਉੱਥੇ ਇੱਕ ਸਟ੍ਰੈਚਰ ਵੀ ਮੌਜੂਦ ਨਹੀਂ ਸੀ। ਕਿਸੇ ਤਰ੍ਹਾਂ ਇੱਕ ਸਟ੍ਰੈਚਰ ਦਾ ਇੰਤਜ਼ਾਮ ਕੀਤਾ ਗਿਆ। ਉੱਥੇ ਤਾਇਨਾਤ ਡਾਕਟਰ ਨੇ ਫੌਰਨ ਫੋਨ ਕਰਕੇ ایمਸ ਦੇ ਸੀਨੀਅਰ ਕਾਰਡੀਓਲੋਜਿਸਟ ਨੂੰ ਇਸ ਦੀ ਸੂਚਨਾ ਦਿੱਤੀ। ਮਿੰਟਾਂ ਵਿੱਚ ਉੱਥੇ ਡਾਕਟਰ ਗੁਲੇਰੀਆ, ਡਾਕਟਰ ਐਮ ਐਮ ਕਪੂਰ ਤੇ ਡਾਕਟਰ ਐਸ ਬਾਲਾਰਾਮ ਪਹੁੰਚ ਗਏ। ਟੈਸਟ ਵਿੱਚ ਇੰਦਰਾ ਦੇ ਦਿਲ ਦੀ ਮਾਮੂਲੀ ਹਰਕਤ ਦਿਖਾਈ ਦੇ ਰਹੀ ਸੀ। ਪਰ ਪਲਸ ਰੇਟ ਨਹੀਂ ਮਿਲ ਰਿਆ ਸੀ। ਉਹਨਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲੀਆਂ ਹੋਈਆਂ ਸਨ ਜੋ ਇਸ ਵੱਲ ਇਸ਼ਾਰਾ ਸੀ ਕਿ ਉਹਨਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਡਾਕਟਰ ਨੇ ਉਹਨਾਂ ਦੇ ਮੂੰਹ ਜ਼ਰੀਏ ਉਹਨਾਂ ਦੀ ਸਾਹ ਦੀ ਨਲੀ ਦੇ ਵਿੱਚ ਇੱਕ ਟਿਊਬ ਵਾੜੀ ਤਾਂ ਜੋ ਫੇਫੜਿਆਂ ਤੱਕ ਆਕਸੀਜਨ ਪਹੁੰਚ ਸਕੇ ਅਤੇ ਦਿਮਾਗ ਨੂੰ ਜ਼ਿੰਦਾ ਰੱਖਿਆ ਜਾ ਸਕੇ। ਇੰਦਰਾ ਨੂੰ 80 ਬੋਤਲ ਖੂਨ ਦਿੱਤਾ ਗਿਆ ਜੋ ਉਹਨਾਂ ਦੇ ਸਰੀਰ ਦੇ ਖੂਨ ਤੋਂ 5 ਗੁਣਾ ਸੀ। ਡਾਕਟਰ ਗੁਲੇਰੀਆ ਦੱਸਦੇ ਨੇ ਮੈਨੂੰ ਤਾਂ ਦੇਖ ਕੇ ਹੀ ਲੱਗ ਗਿਆ ਸੀ ਕਿ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ। ਉਸ ਤੋਂ ਬਾਅਦ ਅਸੀਂ ਇਸ ਦੀ ਤਸਦੀਕ ਲਈ ECG ਕੀਤਾ। ਫਿਰ ਅਸੀਂ ਉੱਥੇ ਮੌਜੂਦ ਸਿਹਤ ਮੰਤਰੀ ਸ਼ੰਕਰਾਨੰਤੋਂ ਪੁੱਛਿਆ ਹੁਣ ਕੀ ਕਰਨਾ ਹੈ ਕੀ ਅਸੀਂ ਉਹਨਾਂ ਨੂੰ ਮ੍ਰਿਤਕ ਐਲਾਨ ਦਈਏ ਉਹਨਾਂ ਨੇ ਕਿਹਾ ਨਹੀਂ ਫਿਰ ਅਸੀਂ ਉਹਨਾਂ ਨੂੰ ਆਪਰੇਸ਼ਨ ਥੀਏਟਰ ਵੱਲ ਲੈ ਗਏ ਡਾਕਟਰਾਂ ਨੇ ਉਹਨਾਂ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਨਾਲ ਜੋੜ ਦਿੱਤਾ ਜੋ ਕਿ ਉਹਨਾਂ ਦੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ ਜਿਸ ਕਾਰਨ ਉਹਨਾਂ ਦੇ ਖੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਕੱਟ ਕੇ 31 ਹੋ ਗਿਆ ਇਸ ਸਾਫਸੀ ਕਿ ਇੰਦਰਾ ਇਸ ਦੁਨੀਆ ਤੋਂ ਜਾ ਚੁੱਕੇ ਸਨ ਪਰ ਫਿਰ ਵੀ ਉਹਨਾਂ ਨੂੰ ਏਮਜ਼ ਦੀ 8ਵੀਂ ਬੰਜ਼ਲ ਦੇ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਡਾਕਟਰਾਂ ਨੇ ਦੇਖਿਆ ਕਿ ਗੋਲੀਆਂ ਨੇ ਉਹਨਾਂ ਦੇ ਲੀਵਰ ਦੇ ਸੱਜੇ ਹਿੱਸੇ ਨੂੰ ਛਲਨੀ ਕਰ ਦਿੱਤਾ ਸੀ ਉਹਨਾਂ ਦੀ ਅੰਤੜੀ ਵਿੱਚ ਘੱਟੋ ਘੱਟ 12 ਸੁਰਾਖ ਹੋ ਗਏ ਸਨ ਉਨਾ ਦੇ ਫੇਫੜੇ ਵਿੱਚ ਵੀ ਗੋਲੀ ਲੱਗੀ ਸੀ ਅਤੇ ਰੀੜ ਦੀ ਹੱਡੀ ਵੀ ਗੋਲੀਆਂ ਕਰਕੇ ਟੁੱਟ ਚੁੱਕੀ ਸੀ ਸਿਰਫ ਉਹਨਾਂ ਦਾ ਦਿਲ ਸਲਾਮਤ ਸੀ ਆਪਣੇ ਅੰਗ ਰੱਖਿਆਕਾਂ ਵੱਲੋਂ ਗੋਲੀ ਮਾਰੇ ਜਾਣ ਦੇ ਤਕਰੀਬਨ 4 ਘੰਟਿਆਂ ਬਾਅਦ 2:23 ਵਜੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨਿਆ ਗਿਆ ਪਰ ਸਰਕਾਰੀ ਏਜੰਸੀਆਂ ਨੇ ਮੌਤ ਦਾ ਐਲਾਨ ਸ਼ਾਮ 6 ਵਜੇ ਤੱਕ ਨਹੀਂ ਕੀਤਾ ਸੀ